ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਦੇ ਵਿਚ ਪਿਤਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਮਾਤਾ ਲਕਸ਼ਮੀ ਜੀ ਦੀ ਕੁੱਖੋਂ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਖੇਤੀਬਾੜੀ ਦੇ ਨਾਲ ਵਪਾਰ ਕਰਿਆ ਕਰਦੇ ਸਨ। 1503 ਈਸਵੀ ਦੇ ਵਿਚ ਆਪ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਦੇ ਨਾਲ ਹੋਇਆ। ਆਪ ਜੀ ਦੇ ਗ੍ਰਹਿ ਵਿਖੇ 2 ਸਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਅਤੇ 2 ਸਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਪਾਨੀ ਜੀ ਦਾ ਜਨਮ ਹੋਇਆ। ਗੁਰੂ ਅਮਰਦਾਸ ਜੀ ਆਪਣੇ ਪਿਤਾ ਦੀ ਤਰ੍ਹਾਂ ਹਿੰਦੂ ਧਰਮ ਦੇ ਕਰਮ ਕਾਂਡਾਂ ਜਿਵੇਂ ਕਿ ਵੇਦਾਂ ਦੇ ਮੰਤਰਾਂ ਦਾ ਜਾਪ ਕਰਨਾ, ਬ੍ਰਾਹਮਣਾਂ ਨੂੰ ਦਾਨ ਪੁੰਨ ਕਰਨਾ, ਦੇਵੀ ਦੇਵਤਿਆਂ ਦੀ ਪੂਜਾ ਕਰਨਾ ਆਦਿ ਕਰਿਆ ਕਰਦੇ ਸਨ। ਪਿਛਲੇ ਕੀਤੇ ਗਏ ਕਰਮਾਂ ਦੇ ਪਾਪਾਂ ਨੂੰ ਧੋਣ ਦੇ ਲਈ ਆਪ ਪਹਿਲੀ ਵਾਰੀ 42 ਸਾਲਾਂ ਦੀ ਉਮਰ ਦੇ ਵਿਚ ਹਰਿਦਵਾਰ ਤੀਰਥ ਇਸ਼ਨਾਨ ਕਰਨ ਦੇ ਲਈ ਗਏ। ਉਸ ਤੋਂ ਬਾਅਦ ਆਪ 21 ਸਾਲ ਲਗਾਤਾਰ ਹਰਿਦਵਾਰ ਜਾਂਦੇ ਰਹੇ। 21ਵੇਂ ਸਾਲ ਜਦੋਂ ਆਪ ਤੀਰਥ ਯਾਤਰਾ ਤੋਂ ਵਾਪਿਸ ਆਪਣੇ ਪਿੰਡ ਆ ਰਹੇ ਸਨ ਤਾਂ ਆਪ ਵਿਸ਼ਰਾਮ ਕਰਨ ਦੇ ਲਈ ਦੁਰਗੇ ਬ੍ਰਾਹਮਣ ਦੇ ਵਿਸ਼ਰਾਮ ਘਰ ਦੇ ਵਿਚ ਠਹਿਰੇ। ਗੁਰੂ ਅਮਰਦਾਸ ਜੀ ਪਲੰਘ ਦੇ ਉੱਤੇ ਵਿਸ਼ਰਾਮ ਕਰ ਰਹੇ ਸਨ। ਬ੍ਰਾਹਮਣ ਦੀ ਨਿਗਾਹ ਗੁਰੂ ਅਮਰਦਾਸ ਜੀ ਦੇ ਚਰਨਾਂ ਦੀਆਂ ਰੇਖਾਵਾਂ ਦੇ ਉੱਤੇ ਪੈ ਗਈ। ਦੁਰਗੇ ਬ੍ਰਾਹਮਣ ਨੂੰ ਪੈਰਾਂ ਦੀਆਂ ਰੇਖਾਵਾਂ ਦਾ ਕਾਫੀ ਗਿਆਨ ਸੀ। ਉਸਨੇ ਗੁਰੂ ਅਮਰਦਾਸ ਜੀ ਨੂੰ ਦੱਸਿਆ, ਆਪ ਜੀ ਦੇ ਚਰਨਾਂ ਦੀਆਂ ਰੇਖਾਵਾਂ ਦੱਸਦੀਆਂ ਹਨ ਕਿ ਆਪ ਕਿਸੇ ਸਮੇਂ ਬਹੁਤ ਵੱਡੇ ਮਹਾਂਪੁਰਖ ਹੋਵੋਗੇ। ਵਿਸ਼ਰਾਮ ਘਰ ਵਿਚ ਠਹਿਰੇ ਯਾਤਰੀਆਂ ਵਿਚੋਂ ਇਕ ਬ੍ਰਹਮਚਾਰੀ ਸਾਧੂ ਗੁਰੂ ਅਮਰਦਾਸ ਜੀ ਦਾ ਸਾਧੂ ਸੁਭਾਅ ਦੇਖ ਕੇ ਉਹਨਾਂ ਦਾ ਮਿੱਤਰ ਬਣ ਗਿਆ ਅਤੇ ਗੁਰੂ ਅਮਰਦਾਸ ਜੀ ਦੇ ਹੱਥ ਦਾ ਪੱਕਿਆ ਖਾਣਾ ਖਾਣ ਲੱਗ ਗਿਆ। ਇਸ ਤੋਂ ਪਹਿਲੇ ਉਹ ਕਦੀ ਕਿਸੇ ਦੇ ਹੱਥ ਦਾ ਪੱਕਿਆ ਖਾਣਾ ਨਹੀਂ ਸੀ ਖਾਂਦਾ, ਆਪ ਹੀ ਪਕਾ ਕੇ ਖਾਂਦਾ ਸੀ। ਗੁਰੂ ਅਮਰਦਾਸ ਜੀ ਅਤੇ ਇਹ ਸਾਧੂ ਰਸਤੇ ਵਿਚ ਇਕੱਠੇ ਰਾਤਾਂ ਗੁਜ਼ਾਰਦੇ ਹੋਏ ਬਾਸਰਕੇ ਪਿੰਡ ਵਾਪਿਸ ਆ ਪੁੱਜੇ। ਗੁਰੂ ਅਮਰਦਾਸ ਜੀ ਦੇ ਪਾਸ ਕੁਝ ਸਮਾਂ ਹੋਰ ਬਤੀਤ ਕਰਕੇ ਜਾਣ ਲੱਗਿਆ ਸਾਧੂ ਨੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਆਪ ਜੀ ਦਾ ਗੁਰੂ ਕੌਣ ਹੈ? ਅੱਗੋਂ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ, ਮੈਂ ਅਜੇ ਕੋਈ ਗੁਰੂ ਧਾਰਨ ਨਹੀਂ ਕੀਤਾ ਹੈ। ਇਹ ਸੁਣ ਕੇ ਸਾਧੂ ਬੜਾ ਤੱਤਾ ਹੋਇਆ ਤੇ ਕਹਿਣ ਲੱਗਾ, ਮੈਂ ਇੱਕ ਨਿਗੁਰੇ ਦੇ ਹੱਥ ਦਾ ਪੱਕਿਆ ਹੋਇਆ ਭੋਜਨ ਖਾਂਦਾ ਰਿਹਾ ਹਾਂ। ਮੇਰੀ ਸਾਰੀ ਜ਼ਿੰਦਗੀ ਦਾ ਕੀਤਾ ਤਪ ਨਸ਼ਟ ਹੋ ਗਿਆ ਹੈ, ਮੇਰੀ ਤੀਰਥ ਯਾਤਰਾ ਵੀ ਨਿਫਲ ਹੋ ਗਈ ਹੈ, ਮੇਰਾ ਹੁਣ ਤੱਕ ਦਾ ਜੀਵਨ ਸਾਰਾ ਬਰਬਾਦ ਹੋ ਗਿਆ ਹੈ। ਇਹ ਕਹਿ ਕੇ ਬ੍ਰਹਮਚਾਰੀ ਸਾਧੂ ਤਾਂ ਚੱਲਿਆ ਗਿਆ ਪਰ ਗੁਰੂ ਅਮਰਦਾਸ ਜੀ ਨੂੰ ਇੱਕ ਗਹਿਰੀ ਸੋਚ ਦੇ ਵਿੱਚ ਡੁਬੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।